ਸਾਸਰੇ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਟੀਵੀ ਮੈਂ ਸੁਖਦੀਪ ਕੌਰ ਸੰਤੂ ਖਬਰਾਂ ਦੇ ਸਪਲਿਟ ਇਨ ਵਿੱਚ ਤੁਹਾਡਾ ਸਵਾਗਤ ਪਹਿਲਾ ਪੇਸ਼ ਨੇ ਚੁਣਵੀਆਂ ਖਬਰਾਂ ਦੀਪ ਸਦੂ ਦੇ ਅੰਤਿਮ ਅਰਦਾਸ ਮੌਕੇ ਸ਼੍ਰੀ ਫਤਿਹਗੁਰ ਸਾਹਿਬ ਦੇ ਵਿੱਚ ਹੋਇਆ ਵੱਡਾ ਇਕੱਠ ਪਾਵੁਕ ਮਾਹੌਲ ਦੇ ਵਿੱਚ ਦਿੱਤੀ ਗਈ ਸ਼ਰਧਾਂਜਲੀ ਰੂਸ ਵੱਲੋਂ ਯੂਕਰੇਨ ਤੇ ਕੀਤਾ ਹਮਲਾ ਡੈਮੋਕ੍ਰੈਟਿਕ ਸਿਧਾਂਤਾਂ ਦੀ ਅਵਗਿਆ ਜਸਟਨ ਟਰੂਟੋ ਗ੍ਰਿਫਤਾਰੀ ਤੋਂ ਬਾਅਦ 8 ਮਾਰਚ ਤੱਕ ਜੇਲ੍ਹ 'ਤੇ ਜਗੇ ਵਿਕਰਮ ਮਜੀਠੀਆ ਯੂਕਰਨ ਦੇ ਵਿੱਚ ਫਸੇ ਗੁਰਦਾਸਪੁਰ ਦੇ ਨੌਜਵਾਨ ਨੇ ਲਾਈਵ ਹੋ ਕੇ ਦੱਸੀ ਉਥੋਂ ਦੀ ਸਥਿਤੀ ਔਰਤਾਂ ਦੀ ਸੁਣਵਾਈ ਕਰਨ ਲਈ ਮਨੀਸ਼ਾ ਗੁਲਾਟੀ ਨੇ ਲਾਈ ਪੰਜਾਬ ਪੁਲਿਸ ਦੀ ਕਲਾਸ ਜਗਮੀਤ ਬਰਾੜ ਨੇ ਪੰਜਾਬ ਸਰਕਾਰ ਨੂੰ ਯੂਕਰਨ ਦੇ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਮਦਦ ਲਈ ਕੀਤੀ ਮੰਗ ਪ੍ਰਕਾਸ਼ ਸਿੰਘ ਬਾਦਲ ਨੂੰ ਦੋਰੀ ਸੰਵਿਧਾਨ ਕੇਸ ਦੇ ਵਿੱਚ ਜ਼ਮਾਨਤ ਮਿਲੀ ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਦਿਨੀ ਸੜਕ ਹਾਸੇ ਦੀ ਪੇਟ ਚੜੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਤੇ ਲਈ ਫਤਿਗੜ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪੰਜਾਬ ਦੇ ਕੋਨੇ ਕੋਨੇ ਤੋਂ ਚੱਲ ਕੇ ਇਤਿਹਾਸਿਕ ਧਰਤੀ ਸ਼੍ਰੀ ਫਤਿਗੜ ਸਾਹਿਬ ਪਹੁੰਚੀਆਂ ਨੇ ਸੋ ਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਮੌਕੇ ਭਾਵੁਕ ਮਾਹੌਲ ਦੇ ਵਿੱਚ ਪਹੁੰਚੇ ਲੋਕਾਂ ਦੇ ਵੱਲੋਂ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅੰਤਿਮ ਅਰਦਾਸ ਸਮਾਗਮ ਦੇ ਲਈ ਵੱਡੀ ਪੱਦਰ ਦੇ ਉੱਤੇ ਤਿਆਰੀਆਂ ਕੀਤੀਆਂ ਗਈਆਂ ਸਨ ਇਸ ਮੌਕੇ ਤੇ ਅੰਮ੍ਰਿਤ ਸੰਚਾਰ ਦੇ ਨਾਲ ਖੁੰਦਾਨੇ ਕੈਂਪ ਵੀ ਲਗਾਇਆ ਗਿਆ ਸੀ ਸੋ ਇਸ ਤੋਂ ਇਲਾਵਾ ਪੱਗਾਂ ਦੇ ਲੰਗਰ ਵੀ ਲਗਾਏ ਗਏ ਸਨ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੰਥਕ ਆਗੂਆਂ ਦੇ ਵੱਲੋਂ ਵੀ ਪਹੁੰਚ ਕੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਕੇਸਰੀਆ ਮਾਰਚ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਫਤਿਹਗੜ੍ਹ ਸਾਹਿਬ ਦੇ ਲਈ ਕੱਟੇ ਗਏ ਸਨ। ਸੋ ਜ਼ਿਕਰ ਜੋ ਹੈ ਕਿ ਕਿਸਾਨ ਅੰਦੋਲਨ ਦੌਰਾਨ ਚਰਚਾ ਦੇ ਵਿੱਚ ਆਏ ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਨੂੰ ਸ਼ਾਮੀ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੇਐਮਪੀ ਸ਼ਾ ਮਾਰਗ ਦੇ ਉੱਤੇ ਸੜਕਾ ਹਾਸਾਦੇ ਵਿੱਚ ਮੌਤ ਹੋ ਗਈ ਸੀ ਸੜਕਾ ਤੋਂ ਬਾਅਦ ਦੀਪ ਸਿੱਧੂ ਦੀ ਦੇਹ ਨੂੰ ਖਰਖੋਦਾ ਦੇ ਸੀਐਸਸੀ ਵਿੱਚ ਲਿਆਂਦਾ ਗਿਆ ਸੀ ਸੋਨੀਪਟ ਪੁਲਿਸ ਨੇ ਦੀਪ ਸਿੱਧੂ ਦੇ ਹਾਸਾਦੇ ਵਿੱਚ ਹੋਈ ਮੌਤ ਦੀ ਪੁਸ਼ਟੀ ਕੀਤੀ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਇੱਥੇ ਹੀ ਉਹਨਾਂ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਬੋਰਡ ਦੇ ਵੱਲੋਂ ਕੀਤਾ ਗਿਆ ਸੀ ਇਸ ਤੋਂ ਪਿਛੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਯੂਕਰੇਨ ਦੇ ਵਿੱਚ ਰੂਸ ਦੇ ਵੱਲੋਂ ਕੀਤੇ ਐਕਸ਼ਨ ਨੂੰ ਡੈਮੋਕ੍ਰੈਟਿਕ ਸਿਧਾਂਤਾਂ ਦੇ ਉਲਟ ਦੱਸਿਆ ਹੈ। ਉਹਨਾਂ ਰੂਸ ਦੇ ਵੱਲੋਂ ਯੂਕਰੇਨ ਤੇ ਕੀਤੇ ਇਸ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਹੈ ਕਿ ਰੂਸ ਨੂੰ ਯੂਕਰੇਨ ਤੋਂ ਤੁਰੰਤ ਆਪਣੀਆਂ ਫੌਜਾਂ ਹਟਾ ਲੈਣੀਆਂ ਚਾਹੀਦੀਆਂ ਨੇ ਅਤੇ ਉਸ ਦੇ ਉੱਪਰ ਹਮਲਾ ਕਰਨਾ ਵੀ ਬੰਦ ਕਰ ਦੇਣਾ ਚਾਹੀਦਾ ਹੈ। ਜਸਟਨ ਟਰੂਡੋ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਵਿਰੋਧਤਾ ਰੂਸ ਦੇ ਲੋਕਾਂ ਦੇ ਨਾਲ ਨਹੀਂ ਸਿਰਫ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਹੈ। ਨਾਲ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਲੋਕਾਂ ਨੂੰ ਵੀ ਇਹ ਤਰਵਾਸ ਦਿੱਤਾ ਹੈ ਕਿ ਯੂਕਰ ਆਸਮਟਨ ਸਗੋ ਕੈਨੇਡਾ ਯੂਕਰੇਨ ਦੇ ਲੋਕਾਂ ਦੇ ਨਾਲ ਖੜਾਈ ਜਸਟਨ ਟ੍ਰੂਡੋ ਨੇ ਇਹ ਵੀ ਆਖਿਆ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਯੂਕਰੇਨੀ ਲੋਕਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਇਸ ਸੰਬੰਧ ਵਿੱਚ ਇੱਕ ਵਿਸ਼ੇਸ਼ ਟੈਲੀਫੋਨ ਲਾਈਨ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਰਾਂ ਹੀ ਯੂਕਰੇਨ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਉਨ੍ਹਾਂ ਇਹ ਵੀ ਆਖਿਆ ਹੈ ਕਿ ਕੈਨੇਡਾ ਦੇ ਯੂਕਰੇਨ ਦੇ ਵਿੱਚ ਫਸੇ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ਿਡੈਂਸ ਨੂੰ ਕੈਨੇਡਾ ਲਿਉਣ ਵਾਸਤੇ ਪੋਲੈਂਡ, ਹੰਗਰੀ, ਸਲੋਵਾਕੀਆ, ਰូមਾਨੀਆ ਅਤੇ ਮੋਲਡੋਵਾ ਦੇ ਰਾਹੀਂ ਸੁਰੱਖਿਆਤ ਹਵਾਈ ਰਸਤੇ ਦਾ ਪ੍ਰਬੰਧ ਕਰ ਲਿਆ ਹੈ। ਮੋਹਾਲੀ ਕੋਰਟ ਨੇ ਕਾਲੀਆ ਗੂ ਵਿਕਰਮ ਮਜੀਠੀਆ ਨੂੰ 8 ਮਾਰਚ ਤੱਕ ਜੁਡੀਸ਼ੀਅਲ ਰਹਿਮਾਨ ਤੇ ਭੇਜ ਦਿੱਤਾ ਹੈ ਇਹ ਵੀ ਜ਼ਿਕਰ ਜੋਗ ਹੈ ਕਿ ਹਾਲੀ ਕੋਰਟ ਦੇ ਵਿੱਚ ਰੈਗੂਲਰ ਬੇਲ ਉੱਤੇ ਸੁਣਵਾਈ ਹੋਣੀ ਬਾਕੀ ਹੈ ਦੱਸਣਯੋਗ ਹੈ ਕਿ ਡਰੱਗ ਮਾਮਲੇ ਦੇ ਵਿੱਚ ਫਸਿਆ ਕਾਲੀਆ ਗੂ ਵਿਕਰਮ ਸਿੰਘ ਮਜੀਠੀਆ ਨੇ ਵੀਰਵਾਰ ਨੂੰ ਮੋਹਾਲੀ ਅਦਾਲਤ ਦੇ ਵਿੱਚ ਆਤਮ ਸਮਰਪਨ ਕਰ ਦਿੱਤਾ ਪੰਜਾਬ ਦੇ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਵਿਕਰਮ ਸਿੰਘ ਮਜੀਠੀਆ ਨੂੰ ਨਾਰਕੋਟਿਕਸਟ ਡਰੱਗ ਅਤੇ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 ਦੇ ਤਹਿਤ ਇੱਕ ਅਪਰਾਧਿਕ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਫਰਵਰੀ ਤੱਕ ਗ੍ਰਿਫਤਾਰੀ ਤੋਂ ਸੁਰੱਖਿਆ ਦਿੱਤੀ ਗਈ ਸੀ ਜੋ ਕਿ ਖਤਮ ਹੋ ਚੁੱਕੀ ਹੈ ਵਿਕਰਮ ਸਿੰਘ ਮਜੀਠੀਆ ਸਾਭਕਾ ਕੇਂਦਰੀ ਮੰਤਰੀ ਹਰਸ਼ਿੰਦਰ ਕੋਰ ਬਾਦਲ ਦੇ ਪੁਰਾ ਨੇ ਅਤੇ ਅੰਮ੍ਰਿਤਸਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜ ਚੁੱਕੇ ਨੇ ਸੋ ਇਸ ਦੇ ਨਤੀਜੇ 10 ਮਾਰਚ ਨੂੰ ਆਉਣੇ ਬਾਕੀ ਨੇ ਸੁਪਰੀਮ ਕੋਰਟ ਦੇ ਬੈਂਜ ਨੇ ਪੰਜਾਬ ਰਾਜ ਨੂੰ 31 ਜਨਵਰੀ ਤੱਕ ਮਜੀਠੀਆ ਵਿਰੁੱਧ ਕੋਈ ਜ਼ਬਰਦਸਤੀ ਕਾਰਵਾਈ ਕਰਨ ਤੋਂ ਰੋਕ ਦਿੱਤਾ ਸੀ ਅਕਾਲੀ ਆਗੂ ਨੂੰ 23 ਫਰਵਰੀ ਨੂੰ ਹੇਠਲੀ ਅਦਾਲਤ ਅੱਗੇ ਆਤਮ ਸਮਰਪਣ ਕਰਨ ਦੇ ਲਈ ਕਿਹਾ ਗਿਆ ਸੀ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਉਸ ਦੀ ਜ਼ਮਾਨਤ ਤੇ ਫੈਂਸ ਲਾ ਕਰਨ ਦਾ ਹੁਕਮ ਦਿੱਤਾ ਸੀ ਹੁਣ ਉਸ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋ ਰਹੀ ਹੈ ਪੰਜਾਬ ਸਰਕਾਰ ਦੇ ਵਕੀਲ ਉਸ ਦੀ ਹਿਰਾਸਤ ਦੀ ਮੰਗ ਕਰ ਰਹੇ ਨੇ ਸਿਖਰਲੀ ਅਦਾਲਤ ਨੇ ਹਰਾਨੀ ਪ੍ਰਗਟਾਈ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਅਚਾਨਕ ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਨੇ ਦੇਖੋ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਸਰਕਾਰ ਵੱਲੋਂ ਸਿੱਧੂ ਵੱਲੋਂ ਚੰਨੀ ਵੱਲੋਂ ਜੋ ਹਤਕਾੜਾ ਵਰਤਿਆ ਗਿਆ ਸੀ ਵੀ ਸ਼੍ਰੋਮਣੀ ਅਕਾਲੀਆਲ ਨੂੰ ਢਾਹ ਲਾਉਣ ਦੀ ਗੱਲ ਕੀਤੀ ਗਈ ਪੂਰੀ ਸੋਚੀ ਸਮਝ ਕੇ ਸਾਹਰ ਨਾਲ ਇਹ ਪਰਚਾ ਕੀਤਾ ਗਿਆ ਇਹ ਪਰਚਾ ਕੋਈ ਮੂੰਹ ਨਹੀਂ ਕੋਈ ਸਿਰ ਨਹੀਂ ਕਿੰਨੇ ਡੀਜੀਪੀ ਬਲ ਤੇ ਕਿੰਨੇ ਅਫਸਰ ਬਲ ਤੇ ਸੋ ਸਾਨੂੰ ਪੁਰਾ ਨਿਆਪਾਲ ਦੇ ਉੱਪਰ ਭਰੋਸਾ ਚੋਣਾ ਲੜੀ ਹੈ ਗਿਆ ਬੜੇ ਸ਼ਾਨਦਾਰ ਚੋਣ ਲੜੀਆਂ ਨੇ ਤੁਸੀਂ ਦੇਖੋ ਹੌਣ ਦਿਨਾਂ ਦੇ ਵਿੱਚ ਵਿਕਰਮ ਸਿੰਘ ਜੀਠਿਆ ਜੀ ਇਸ ਪਰਚੇ ਤੋਂ ਬਾਅਦ ਜਬਰੀ ਹੋਣਗੇ ਤੇ 10 ਤਰੀਕ ਨੂੰ ਜੋ ਅਕਾਲੀ ਬਸਪਾ ਸਰਕਾਰ ਬਣ ਜਾ ਰਹੀ ਹੈ ਸਰਕਾਰ ਬਣਨੀ ਹੈ ਜਿਹੜੀ ਜਿਹੜੀ ਰੋਕਣ ਵਾਸਤੇ ਕਾਂਗਰਸ ਪਾਰਟੀ ਨੇ ਹਤਗੰਡਾ ਵਰਤਿਆ ਸੀ ਤੇ 10 ਤਰੀਕ ਨੂੰ ਕਾਂਗਰਸ ਪਾਰਟੀ ਦੇ ਮੂੰਹ ਤੇ ਚਪੇੜ ਪੈਣੀ ਆ ਬਹੁਤ ਵੱਡੀ ਜਿਨ੍ਹਾਂ ਨੇ ਇੱਕ ਬਿਲਕੁਲ ਸਾਫ਼ ਸੁਥਰੇ ਅਖਸਾਲ ਦੇ ਬੰਦੇ ਨੂੰ ਜੋ ਮੈਂ ਸਮਝ ਬਾਣੀ ਦੇ ਪੜਨ ਵਾਲੇ ਬੰਦੇ ਨੇ ਬਿਲਕੁਲ ਸੱਚਾ ਸੂਚਾ ਪਰਿਵਾਰ ਆ ਤੇ ਉਹਨਾਂ ਨੂੰ ਫੋਕੀ ਸਮਝ ਕੇ ਚਾਜਰਾਂ ਫਸਾਇਆ ਗਿਆ ਅੱਜ ਪੰਜਾਬ ਦਾ ਸਮੁੱਚਾ ਪੰਜਾਬ ਸਮੁੱਚਾ ਨੌਜਵਾਨ ਸਮੁੱਚਾ ਅਕਾਲੀ ਦਲ ਅੱਜ ਬੇਕਰਨੀ ਮਿੱਠੇ ਪਿੱਟ ਤੇ ਖੜਾ ਤੇ ਮੈਂ ਸਮਝਦਾ ਕਿ ਜਲਦੀ ਜਮਾਂਦ ਹੋ ਜਾਣੀ ਆ ਤੇ ਪਰਚੇ ਦੇ ਵਿੱਚੋਂ ਬਾਜ ਨਿਭਰੀ ਹੋਣੀ ਆ ਕੋ ਮੈਂ ਦੋ ਨੁਕਤੇ ਨਾਲ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਅੱਜ ਪੰਜਾਬ ਦਾ ਉਹ ਨਾਮਵਰ ਲੀਡਰ ਹੈ ਕਿ ਜੀਨੂੰ ਕੋਈ ਉਹਦੇ ਖਿਲਾਫ ਦਰਜ ਕੀਤਾ ਮਾਮਲਾ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਿੱਖਾਂ ਦੀ ਪੰਜਾਬੀਆਂ ਦੀ ਪੰਜਾਬ ਦੀ ਦੁਸ਼ਮਣ 1984 ਦੇ ਵਿੱਚ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦਾ ਜਿਹੜੀ ਸੋਚ ਰਹੀ ਹੈ ਕਿ ਜਦੋਂ ਵੀ ਕੋਈ ਲੋਕ ਨਾਇਕ ਲੋਕ ਸੰਘਰਸ਼ ਕਰਨੀ ਲੋਕਾਂ ਦੇ ਸੰਘਰਸ਼ ਵਾਸਤੇ ਕਿਤੇ ਜ਼ਮੀਨ ਤੇ ਉਤਰਦਾ ਹੈ ਤਾਂ ਕਾਂਗਰਸ ਹਮੇਸ਼ਾ ਦੇ ਝੂਠੇ ਪਰਚੇ ਦਰਜ ਕਰ ਨੂੰ ਦਬਣਾ ਚਾਹੁੰਦੀ ਹੈ ਪਰ ਬਿਕਰਮ ਸਿੰਘ ਮਜੀਠੀਆ ਅੱਜ ਪੰਜਾਬ ਦੀ ਸਿਆਸਤ ਦਾ ਉਹ ਤਰੂਤਾਰਾ ਬਣ ਚੁੱਕਾ ਹੈ ਜਿਹਨੂੰ ਕੋਈ ਵੀ ਝੂਠਾ ਮਕਦਮਾ ਕੋਈ ਉਹਦੇ ਖਿਲਾਫ ਸਾਜ਼ਿਸ਼ ਤੇ ਕੋਈ ਪ੍ਰੋਪਾਗੈਂਡਾ ਨੂੰ ਦਬ ਨਹੀਂ ਸਕਦਾ ਇਹ ਜੋ ਪਰਚਾ ਦਰਜ ਕੀਤਾ ਗਿਆ ਚੰਨੀ ਨੇ ਚੰਨੀ ਸਰਕਾਰ ਦੀਆਂ ਆਉਂਦੇ 10 ਤਰੀਕ ਨੂੰ ਜਦੋਂ ਉਹਦਾ ਸੂਪੜਾ ਸਾਫ਼ ਹੋਣਾ ਜਮਾਨਤਾਂ ਜਬਤ ਹੋਣੀਆਂ ਨੇ ਕਾਂਗਰਸ ਦੀਆਂ ਤਾਂ ਉਹਦੇ ਤਬੂਤ 'ਚ ਅਖੀਲਾ ਕਿਉਂਕਿ ਮੈਂ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਜਦੋਂ ਮੈਨੂੰ ਹੋਸ਼ ਆਈ ਹੈ ਛੱਤ ਰਾਜਨੀਤੀ ਤੋਂ ਅਸੀਂ ਉੱਠ ਕੇ ਤੁਰੇ ਹਾਂ ਪੰਜਾਬੀ ਯੂਨੀਵਰਸਿਟੀ ਤੋਂ ਮੇਰੇ ਵਰਗੇ ਹਜ਼ਾਰਾਂ ਨੌਜਵਾਨਾਂ ਨੂੰ ਰਾਜਪਾਠ ਦੇ ਵਿੱਚ ਭਾਗੀਦਾਰ ਬਣਾਇਆ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਕਲਪ ਸੀ ਮਜੀਠੇ ਨੇ ਬਣਾਇਆ ਉਹ ਦਾ ਮੁੱਲ ਪੰਜਾਬੀਆਂ ਨੇ 10 ਮਾਰਚ ਨੂੰ ਫਤਵਾ ਦੇ ਕੇ ਅਕਾਲੀ ਬਸਵਾ ਗਠਜੋੜ ਨੂੰ ਵਿਧਾਨ ਸਭਾ ਵਿੱਚ ਸਾਬਤ ਕਰ ਦਿੱਤਾ ਜਿਥੇ ਇੱਕ ਪਾਸੇ ਯੂਕਰੇਨ 'ਤੇ ਰੂਸ ਦੀ ਜੰਗ ਸ਼ੁਰੂ ਹੋ ਚੁੱਕੀ ਹੈ ਉੱਥੇ ਹੁਣ ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਉਹਨਾਂ ਦੀ ਸੁਰੱਖਿਆ ਅਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਤ ਨੇ ਯੂਕਰੇਨ ਦੇ ਵਿੱਚ ਪੜ੍ਹਾਈ ਦੇ ਲਈ ਗੁਰਦਾਸਪੁਰ ਦੇ ਵਾਸੂਦੇਵ ਸ਼ਰਮਾ ਨੇ ਲਾਈਵ ਹੋ ਕੇ ਉੱਥੋਂ ਦੀ ਤਾਜ਼ਾ ਸਥਿਤੀ ਦੇ ਬਾਰੇ ਜਾਣੂ ਕਰਵਾਇਆ ਹੈ ਅਤੇ ਦੱਸਿਆ ਹੈ ਕਿ ਵਿਦਿਆਰਥੀਆਂ ਬੰਕਰਾਂ ਦੇ ਵਿੱਚ ਇਕੱਠੇ ਹੋ ਰਹੇ ਨੇ ਪਰ ਹਜੇ ਤੱਕ ਭਾਰਤੀ ਦੂਤਾਵਾਸ ਦੇ ਵੱਲੋਂ ਉਹਨਾਂ ਦੇ ਲਈ ਕੋਈ ਸਹਾਇਤਾ ਨਹੀਂ ਭੇਜ ਗਈ ਹੈ ਉਹ ਭੁੱਖੇ-ਪਾਣੇ ਦਿਨ گزار ਰਹੇ ਨੇ ਤੇ ਇਸ ਉਡੀਕ ਦੇ ਵਿੱਚ ਨੇ ਕਿ ਕਦੋਂ ਭਾਰਤੀ ਦੂਤਾਵਾਸ ਦੇ ਵੱਲੋਂ ਉਹਨਾਂ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਏਗੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਉੱਪਰ ਲਗਾਤਾਰ ਬੰਬਬਾਰੀ ਹੋ ਰਹੀ ਹੈ ਅਤੇ ਰੂਸ ਦੇ ਵੱਲੋਂ ਹਵਾਈ ਅੱਡੇ ਵੀ ਤਬਾਹ ਕੀਤੇ ਜਾ ਰਹੇ ਨੇ। ਉੱਥੇ ਹੀ ਵਾਸudev ਮਾਪੇ ਭਾਰਤ ਸਰਕਾਰ ਦੀ ਮਾਮਲੇ ਦੇ ਵਿੱਚ ਤੁਰੰਤ ਕੋਈ ਪਹਿਲ ਨਾ ਕਰਨ ਤੇ ਖਾਸੇ ਨਰਾਜ਼ ਨਜ਼ਰ ਆ ਰਹੇ ਨੇ। ਗੁਰਦਾਸਪੁਰ ਦੇ ਨੌਜਵਾਨ ਵਾਸudev ਪਰਿਵਾਰਿਕ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਯੂਕਰੇਨ ਦੇ ਵਿੱਚ ਵਸੇ ਭਾਰਤੀ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਂਦਾ ਜਾਵੇ। ਕੋ ਮੇਰਾ ਬੇਟਾ ਐਮਬੀਬੀਐਸ ਕਰਨ ਵਾਸਤੇ 2017 ਦੇ ਵਿੱਚ ਯੂਕਰੇਨ ਗਿਆ ਸੀਗਾ। ਔਰ 35th ইয়ার ਦੇ ਵਿੱਚ ਉੱਥੇ ਸਟੱਡੀ ਕਰ ਰਿਹਾ ਹੈਗਾ ਔਰ ਇਸ ਟਾਈਮ ਜਿਹੜੇ ਹਾਲਾਤ ਹੈ ਜਿਹਾ ਕਿਉਂਕਿ ਰਸ਼ੀਆ ਨੇ ਜਿਹੜਾ ਹੈਗਾ ਉਹ ਅਟੈਕ ਕਰਤਾ ਇਹਨਾਂ ਦੋਨਾਂ ਦਾ ਕੰਟਰੀਆਂ ਦਾ ਆਪਸੀ ਮਸਲਾ ਹੈਗਾ ਬਟ ਜਿਹੜੇ ਸਾਡੇ ਬੱਚੇ ਆ ਉਸ ਟਾਈਮ ਉੱਥੇ ਫਸੇ ਹੋਏ ਨੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਕਿਉਂਕਿ ਅੱਜ ਹੀ ਰਸ਼ੀਆ ਨੇ ਕੱਲ ਰਾਤ ਰਸ਼ੀਆ ਨੇ ਉੱਥੇ ਹਮਲਾ ਕੀਤਾ ਸੀਗਾ ਔਰ ਉਹਦੇ ਕਰਕੇ 에ਅਰ ਬੇਸ ਜਿਹੜੇ ਉਹਨੂੰ ਪਤਾ ਲੱਗਿਆ ਵੀ ਉੱਥੇ ਖਤਮ ਮਤਲਬ ਤਬਾਹ ਕਰਤੇ ਨੇ ਔਰ ਰਸ਼ੀਆ ਦੀ ਜਿਹੜੀ ਫੋਰਸਾਂ ਹੈਗੀਆਂ ਉਹ ਐਂਟਰ ਕਰ ਚੁੱਕੀਆਂ ਨੇ ਔਰ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਇਸ ਟਾਈਮ ਜਿਹੜੇ ਖਾਰਕੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦਾ ਜਿਹੜਾ ਉਹ ਹੋਸਟਲ ਹੈ ਉਹਦੇ ਬੰਕਰ ਦੇ ਵਿੱਚ ਆ ਗਏ ਨੇ ਔਰ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਇੰਨੇ ਟੈਕਸਿਸ ਪੇ ਕਰਦੇ ਆਂ ਸੈਂਟਰ ਗਵਰਨਮੈਂਟ ਨੂੰ ਔਰ ਸਥਾਨਕ ਸਰਕਾਰਾਂ ਨੂੰ ਬਟ ਇੱਕ ਗੱਲ ਕਰੀਏ ਹਰ ਪਾਸੋਂ ਸਾਨੂੰ ਧੱਕਾ ਹੀ ਵੱਜਣ ਦੇ ਨੇ ਜੇ ਮੰਨ ਲਓ ਐਜੂਕੇਸ਼ਨ ਦੀ ਗੱਲ ਕਰੀਏ ਤੇ ਉਹ ਵੀ ਇੱਥੇ ਇੰਨੀ ਮਹਿੰਗੀ ਹੈਗੀ ਹੈ ਜੇ ਅਸੀਂ ਆਪਣੇ ਤੌਰ ਤੇ ਜਾ ਕੇ ਬਾਹਰ ਕਰਦੇ ਹੈਗੇ ਤਾਂ ਤਾਂ ਵੀ ਸਾਨੂੰ ਮੰਨ ਲਓ ਅੱਜ ਸਾਡੇ ਮੁਸ਼ਕਲ ਦੀ ਘੜੀ ਆ ਗਈ ਹੈ ਤੇ ਉਹਦੇ 'ਚ ਵੀ ਸਾਡੀ ਸਰਕਾਰ ਕੋਈ ਮਦਦ ਕਰਨ ਨੂੰ ਤਿਆਰ ਨਹੀਂ ਹੈਗੀ ਬੱਚਿਆਂ ਦੇ ਮਾਈਂਡ ਤੇ ਉਹ ਵੀ ਫਿਰ ਦੂਸਰਾ ਕਲਾਸਾਂ ਜਿਹੜੀਆਂ ਆਫਲਾਈਨ ਆਨਲਾਈਨ ਤੋਂ ਆਨਲਾਈਨ ਹੋ ਜਾਣ ਚਾਹੀਦੇ ਆ ਆਫਲਾਈਨ ਹੈ ਅੱਜ ਹਮਲਾ ਹੋ ਗਿਆ ਤਾਂ ਅੱਜ ਆਨਲਾਈਨ ਕਰਤੀਆਂ ਔਰ ਅੰਬੈਸੀ ਦੀ ਗਲਤੀ ਕਰਕੇ ਕਿਉਂਕਿ ਅੰਬੈਸੀ ਨੇ ਮਿਨਿਸਟਰੀ ਆਫ ਜਿਹੜੀ ਯੂਕਰੇਨ ਉਹਦੇ ਨਾਲ ਸੰਪਰਕ ਹੀ ਨਹੀਂ ਕੀਤਾ ਅੱਜ ਜੇ ਅੱਜ ਵੀ ਅੱਗੇ ਇੱਕ ਮੈਸੇਜ ਕਰਦੇ ਅੱਜ ਤਿੰਨ ਐਡਵਾਈਜ਼ਰੀ ਜਾਰੀ ਕਰਤੀਆਂ ਲਗਾਤਾਰ ਬੱਚਿਆਂ ਨੂੰ ਇਕੱਠੇ ਹੋ ਇੱਕ ਜਗ੍ਹਾ ਇਕੱਠੇ ਹੋ ਜੇ ਕਿੱਦਾਂ ਇਕੱਠੇ ਹੋ ਜੇ ਟਰਾਂਸਪੋਰਟੇਸ਼ਨ ਬੰਦ ਆ ਮੈਲਾ ਯੋਗਦੀ ਅਧਿਆਚਾ ਮਨੀਸ਼ਾ ਗੁਲਾਟੀ ਨੇ ਜਲੰਧਰ ਵਿਖੇ ਮਹਿਲਾਵਾਂ ਦੇ ਘਰੇਲੂ ਵਿਵਾਦਾਂ ਨੂੰ ਲੈ ਕੇ ਸ਼ਿਕਾਇਤਾਂ ਸੁਣੀਆਂ ਨੇ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਹੈ ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਪੁਲਿਸ ਵਾਲਿਆਂ ਦੀ ਵੀ ਜਮ ਕੇ ਕਲਾਸ ਲਗਾਈ ਹੈ ਉਹਨਾਂ ਨੇ ਕਿਹਾ ਹੈ ਕਿ ਮਹਿਲਾ ਆਯੋਗ ਨੀਚੇ ਊਮੈਨ ਸੈੱਲ ਦੇ ਵਿੱਚ ਸ਼ਿਕਾਇਤਾਂ ਨੂੰ ਮਾਰ ਕਰਕੇ ਹੱਲ ਕਰਨ ਦੇ ਲਈ ਭੇਜਦਾ ਹੈ ਤਾਂ ਊਮੈਨ ਸੈੱਲ ਦੇ ਵਿੱਚ ਕਾਉਂਸਲਿੰਗ ਦੇ ذریعے ਘਰਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਦੁਰਪਾਗੇ ਦੀ ਗੱਲ ਇਹ ਹੈ ਕਿ ਪੁਲਿਸ ਸਿਰਦਰਦੀ ਤੋਂ ਬਚਨ ਦੇ ਲਈ ਸਿੱਧੇ ਐਫ ਆਈ ਆਰ ਦਰਜ ਕਰ ਰਹੀ ਹੈ ਸੋ ਮਨੀਸ਼ਾ ਗੁਲਾਟੀ ਨੇ ਵੀ ਕਿਹਾ ਕਿ ਜੇਕਰ ਸਿੱਧੇ ਐਫ ਆਈ ਆਰ ਦਰਜ ਕਰਨੀ ਹੈ ਤਾਂ ਫਿਰ ਊਮਨ ਸੈੱਲ ਕਿਸ ਲਈ ਹੈ ਇਸ ਦੇ ਵਿੱਚ ਅਲੱਗ ਸਟਾਫ ਰੱਖਿਆ ਗਿਆ ਹੈ ਜੇਕਰ ਊਮਨ ਸੈੱਲ ਕੋਈ ਸਟਾਫ ਘਟ ਹੈ ਤਾਂ ਵੀ ਦੱਸ ਦਿਓ ਉਹ ਸਟਾਫ ਵਧਾ ਦੇਣਗੇ ਉਹਨਾਂ ਨੇ ਕਿਹਾ ਕਿ ਯੋਗਤਾ ਕੰਮ ਕਰਾਂ ਨੂੰ ਜੋੜਨਾ ਹੈ ਨਾ ਕਿ ਤੋੜਨਾ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਕੁੜੀਆਂ ਸਿੱਧੇ ਐਫ ਆਈ ਆਰ ਦਰਜ ਤੋਂ ਬਾਅਦ ਉਹਨਾਂ ਦੇ ਕੋਲ ਪੁੱਛ ਰਹੀਆਂ ਨੇ ਜਦੋਂ ਉਹਨਾਂ ਦੇ ਕੇਸ ਰਜਿਸਟਰਡ ਕਰਵਾਉਣ ਬਾਰੇ ਪੁੱਛ ਜਾਂਦਾ ਹੈ ਤਾਂ ਅੱਗੋਂ ਸੁਣਨ ਨੂੰ ਮਿਲਦਾ ਹੈ ਕਿ ਆਯੋਗ ਦੀ ਅਧਿਕਤਾ ਨੇ ਕੇਸਰ ਰਜਿਸਟਰ ਕਰਨ ਨੂੰ ਆਦੇਸ਼ ਦਿੱਤਾ ਸੀ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਵਿਭਾਗ ਦੇ ਕੁਝ ਲੋਕ ਉਹਨਾਂ ਦੇ ਨਾਮ ਦਾ ਦੁਰਉਪਯੋਗ ਕਰ ਰਹੇ ਨੇ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਅਧਿਕਾਰੀਆਂ ਦਾ ਉਪਤਾ ਲਗਾ ਕੇ ਉਹਨਾਂ ਤੇ ਬਣਦੀ ਕਾਰਵਾਈ ਕਰਨਗੇ ਇਸ ਦੇ ਨਾਲ ਹੀ ਮਹਿਲਾਵਾਂ ਦੇ ਘਰੇਲੂ ਵਿਵਾਦ ਦੀ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਜਲੰਧਰ ਲੁਧਿਆਣਾ ਮੋਗਾ ਅਤੇ ਫਿਰੋਜ਼ਪੁਰ ਤੋਂ ਆ ਰਹੀਆਂ ਨੇ ਪੋਲਿਟੀਕਲ ਇਨਫਲੂਐਂਸ ਲੈ ਕੇ ਸਿਰਫ ਤੇ ਸਿਰਫ ਮੈਨੂੰ ਤੁਸੀਂ ਫਾਰਵਰਡ ਕਰ ਦਿਓ ਉਹ ਬੈਂਡ ਮੈਂ ਹੀ ਵਜਾਵਾਂਗੀ ਉਹ ਤੁਸੀਂ ਲੋਗ ਹੈਂਡਲ ਨਹੀਂ ਕਰੋਗੇ ਚਾਹੇ ਉਹ ਮੁੰਡਾ ਹੋਵੇ ਚਾਹੇ ਲੜਕੀ ਹੋਵੇ ਉਹ ਮੇਰੇ ਕੋਲ ਹੀ ਭੇਜੋ ਉਹ ਮੈਂ ਉਹ ਮੈਂ ਹੈਂਡਲ ਕਰਾਂਗੀ ਅਰ ਆਈ ਪ੍ਰੋਮਿਸ ਯੂ ਕਿ ਕਿਸੇ ਦਾ ਕੋਈ ਨਾਮ ਨਹੀਂ ਮੈਂਸ਼ਨ ਹੋਏਗਾ ਆਈ ਵਿਲ ਹੈਂਡਲ ਮਾਈਸੈਲਫ ਠੀਕ ਹੈ ਮੈਂ ਨਹੀਂ ਸੰਦੀ ਕਿਸੇ ਦੇ ਬੱਚੇ ਦੇ ਨਾਲ ਚਾਹੇ ਉਹ ਮੇਲ ਹੋਵੇ ਫੀਮੇਲ ਹੋਵੇ ਜਮਿਆਂ ਇੱਕ ਔਰਤ ਨਹੀਂ ਹੈ ਇਹ ਚੀਜ਼ ਸਾਨੂੰ ਹਮੇਸ਼ਾ ਧਿਆਨ ਚ ਰੱਖਣੀ ਹੈ ਠੀਕ ਹੈ ਰਿਪੋਰਟ ਮੈਂ ਕਰ ਸਕਦੀ ਆ ਤੇ ਡਿਪਾਰਟਮੈਂਟ ਵੀ ਤੇ ਕਰ ਸਕਦਾ ਨਾ ਤੁਹਾਨੂੰ ਤਾਂ ਜ਼ਿਆਦਾ ਐਕਸਪੀਰੀਅੰਸ ਹੈ ਮੈਨੂੰ ਤਾਂ 4 ਸਾਲ ਹੋਏ ਨੇ ਆਈ ਕਮਿਸ਼ਨ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਸੀ ਪਰ ਮੈਂ ਹਰ ਨੂੰ ਨਾ ਟੁੱਟੇ ਕੋਈ ਮਾਂ ਦੀ ਅੱਖਾਂ 'ਚ ਆਸੂ ਨਾ ਆਏ ਪ੍ਰੋਬਲਮਸ ਹੋ ਰਹੀਆਂ ਨੇ ਬੱਚੇ ਬੈਲੈਂਸ ਨਹੀਂ ਕਰ پا ਰਹੇ ਪੇਰੈਂਟਸ ਵੀ ਇਨਫਲੂਐਂਸ ਹੋ ਰਹੇ ਨੇ ਵੱਡੇ ਨੂੰ ਜ਼ਿਆਦਾ ਕਰ ਛੋਟੇ ਨੂੰ ਨਾ ਕਰ ਤੇ ਆਪਾਂ ਚੀਜ਼ਾਂ ਤੁਹਾਡੇ ਕੋਲ ਰਿਕਾਰਡ ਹੈਗਾ ਕਿ ਪੈਚਅਪ ਕਰਵਾਇਆ ਐਫ ਆਈ ਆਰ ਕਿੰਨੀਆਂ ਕੀਤੀਆਂ ਨੇ ਕੁੜੀਆਂ ਮੇਰੇ ਕੋਲ ਐਫ ਆਈ ਆਰ ਆ ਲੈ ਲੈ ਕੇ ਆ ਰਹੀਆਂ ਨੇ ਮੈਡਮ ਐਫ ਆਈ ਆਰ ਨਹੀਂ ਕਰਨੀ ਤੁਸੀਂ ਕਾਉਂਸਲਿੰਗ ਕਰੋ ਮੈਂ ਚੇਅਰਪਰਸਨ ਕਾਉਂਸਲਰ ਬਣ ਚੁੱਕੀ ਆ ਰੀਜ਼ਨ ਸਿਰਫ ਸਿਰਫ ਤੇ ਸਿਰਫ ਪੁਲਿਸ ਹੈ ਮੈਂ ਬਹੁਤ ਅਨੋਇਡ ਹੋਈ ਪਈ ਆ ਇਸ ਟਾਈਮ ਤੇ ਕਿ ਮੈਂ ਚਲੋ ਆਪਣੀ ਇਮੋਸ਼ਨਸ ਨਾਲ ਰਿਲੇਟ ਕਰਕੇ ਰੋਜ਼ ਮੈਂ ਬਿਮਾਰ ਹੋ ਰਹੀ ਆ ਐਂਗਜ਼ਾਇਟੀ ਮੈਨੂੰ ਹੋ ਗਈ ਹੈ ਅਸਥਮੈਟਿਕ ਪ੍ਰੋਬਲਮਸ ਮੈਨੂੰ ਹੋ ਰਹੀਆਂ ਨੇ ਬੋਲ ਬੋਲ ਕੇ ਕਾਉਂਸਲਿੰਗ ਚਲੋ ਮੈਨੂੰ ਇਹ ਆਪਣੀ ਇਹ ਮੇਰੀ ਪੈਸ਼ਨ ਹੈ ਇੱਕ ਕੰਸਰਨ ਹੈ ਆਪਣੇ ਯੂਥ ਲਈ ਆਪਣੀ ਔਰਤਾਂ ਲਈ ਪਰ ਪੁਲਿਸ ਜੋ ਕਰ ਰਹੀ ਹੈ ਬਿਲਕੁਲ ਗਲਤ ਕਰ ਰਹੀ ਹੈ ਕਿ ਕਮਿਸ਼ਨ ਦੀ ਬੇਜ਼ੀਆਂ ਕੰਪਲੇਂਟਸ ਉੱਤੇ ਆਪਣੇ ਸਿਰ ਤੋਂ ਲਾ ਨਸਤੇ ਕਿ ਕਾਉਂਸਲਿੰਗ ਨਹੀਂ ਕਰਨਾ ਚਾਹੀਦੀ ਸਿੱਧੇ ਐਫ ਆਈ ਆਰ ਕਰੀ ਜਾ ਰਹੀ ਹੈ ਕੁਛ ਹੈ ਖੁਦੇ ਕੇਸਸ ਨੇ ਜਿੰਦੇ ਸਿੱਧਾ ਸਿੱਧਾ ਪੈਚਅਪ ਐ ਮੈਂ ਵੀ ਤੇ ਕਰਵਾ ਰਹੀ ਆ ਰੋਜ਼ ਤੋਂ ਦੋ ਤੋਂ ਤਿੰਨ ਪੈਚਅਪ ਮੈਂ ਕਰਵਾ ਰਹੀ ਆ ਪਰ ਤੁਹਾਡੇ ਲੋਕਾਂ ਦੀ ਡਿਊਟੀ ਮੈਂ ਤੇ ਇੱਕ ਨੋਮੀਨੇਟ ਪੋਸਟ ਸੇਵਾ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਡਿਊਟੀ ਹੈ ਉਹਨਾਂ ਦੀ ਡਿਊਟੀ ਚਾਹੀਏ ਸਿਖਾਇਆ ਕਿ ਤੁਸੀਂ ਪਹਿਲੇ ਕਿਸੇ ਦਾ ਘਰ ਨਾ ਟੁੱਟੋ ਸਾਡੇ ਪੰਜਾਬ ਦਾ ਜਿਹੜਾ ਕਲਚਰ ਹੈ ਇੱਕ ਵਾਰੀ ਥਾਣੇ ਚ ਐਫ ਆਈ ਆਰ ਹੋ ਗਈ ਜਿਹੜੀਆਂ ਕੁੜੀਆਂ ਮੇਰੇ ਕੋਲ ਐਫ ਆਈ ਆਰ ਲੈ ਲੈ ਕੇ ਆਈ ਸਾਰੀਆਂ ਨੇ ਨਾ ਪੰਜਾਬ ਮੇਰੇ ਲਈ ਸਿਰਦਰਦੀ ਬਨ ਗਿਆ ਉਹ ਵਿਦਵਸਭਾ ਹਲਕਾ ਮੋਰਤਵਾ ਕਾਲੀ ਬਸਪਾ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਯੂਕਰੇਨ ਦੇ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਕੱਢਣ ਦੇ ਲਈ ਜਥੇ ਕੇਂਦਰ ਸਰਕਾਰ ਤੋਂ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਉਠਾਉਂਦੇ ਹੋਏ ਪੰਜਾਬ ਸਰਕਾਰ ਨੂੰ ਵਿਦਿਆਰਥੀਆਂ ਦੇ ਮਾਪਿਆਂ ਦੇ ਲਈ ਇੱਕ ਸਹਾਇਤਾ ਕੇਂਦਰ ਸਥਾਪਿਤ ਕਰਨ ਦੀ ਮੰਗ ਉਠਾਈ ਹੈ ਜਗਮੀਤ ਸਿੰਘ ਬਰਾੜ ਤਖਤ શ્રી ਦਮਦਮਾ ਸਾਹਿਬ ਵਿਖੇ ਨਕ ਮਸਤਖਉਂ ਦੇ ਲਈ ਪੁੱਜੇ ਨੇ ਸੋ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਫਸੇ ਹੋਣ ਦੇ ਨਾਲ ਮਾਪਿਆਂ ਨੂੰ ਵੱਡੀ ਮੁਸ਼ਕਲ ਚੱਲਣੀ ਪੈ ਰਹੀ ਹੈ ਉੱਥੇ ਜਿਹੜੇ ਵਿਦਿਆਰਥੀ ਨਿਕਲ ਕੇ ਆ ਰਹੇ ਨੇ ਉਹਨਾਂ ਨੇ ਦੱਸਿਆ ਕਿ ਉਹ ਮੋਟਾ ਪੈਸਾ ਖਰਚ ਕੇ ਬਲੈਕ ਦੇ ਵਿੱਚ ਹਵਾਈ ਟਿਕਟ ਖਰੀਦ ਕੇ ਵਾਪਸ ਆ ਰਹੇ ਨੇ ਜਦੋਂ ਚਾਹੀਦਾ ਇੱਕ ਹੀ ਕੇਂਦਰ ਸਰਕਾਰ ਉਕਤ ਵਿਦਿਆਰਥੀਆਂ ਨੂੰ ਮੁਫਤ ਦੇ ਵਿੱਚ ਵਾਪਸ ਲੈ ਕੇ ਆਵੇ ਅਤੇ ਪੰਜਾਬ ਸਰਕਾਰ ਜੋ ਕਿ ਅਜੇ ਕਾਰਜਕਾਰੀ ਤੌਰ ਤੇ ਕੰਮ ਕਰ ਰਹੀ ਹੈ ਨੂੰ ਕੇਂਦਰ ਦੇ ਨਾਲ ਰابطਾ ਬਣਾ ਕੇ ਇੱਕ 24 ਘੰਟੇ ਸਹਾਇਤਾ ਕੇਂਦਰ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਕਿ ਮਾਪੇ ਉਥੋਂ ਆਪਣੇ ਬੱਚਿਆਂ ਬਾਬਤ ਜਾਣਕਾਰੀ ਹਾਸਲ ਕਰ ਸਕਣ ਚੋਣਾਂ ਤੋਂ ਬਾਅਦ ਦੇ ਹਾਲਾਤਾਂ ਬਾਰੇ ਪੁੱਛੇ ਸਵਾਲਾਂ ਦੇ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਸ਼ਾਂਤੀਪੂਰਵਕ ਵੋਟਾਂ ਸੰਪੰਨ ਹੋਣੀਆਂ ਇੱਕ ਸ਼ੁਭ ਸੰਕੇਤ ਹੈ ਉਹਨਾਂ ਉਮੀਦਵਾਰ ਪ੍ਰਗਟਾਇਆ ਕਿ ਸੂਬੇ ਦੇ ਵਿੱਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਬਣੇਗੀ ਦੇਖੋ ਤਖਸਾਲਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬ ਖੜੇ ਹਾਂ ਵੈਸੇ ਤਾਂ ਇਹ ਬੜੇ ਸੁਭਾਗ ਸਮਾ ਹੁੰਦਾ ਜਦੋਂ ਇਸ ਸਥਾਨ ਤੇ ਹਮੇਸ਼ਾ ਬਹੁਤ ਵੱਡੀ ਊਰਜਾ ਪ੍ਰੇਰਣਾ ਤਖਸਾਲਬ ਤੋਂ ਮਿਲੀ ਹੈ ਮੱਥਾ ਟੇਕ ਕੇ ਆਏ ਹਾਂ ਕੀਰਤਨ ਸੁਣਿਆ ਹੈ ਦੇਖੋ ਇਹ ਫਤਵਾ ਤਾਂ ਆਵਾਮ ਨੇ ਕੀਤਾ ਹੈ ਔਰ ਉਹ ਸਾਰੀ ਡੱਬਿਆਂ ਦੇ ਵਿੱਚ ਕਿਸਮਤ ਜਿਹੜੀ ਹੈ ਬੰਨ੍ਹ ਹੈ ਰਾਜਸੀ ਪਾਰਟੀਆਂ ਦੀ ਪਰ ਅੰਦਾਜ਼ੇ ਔਰ ਹਰ ਪ੍ਰਕਾਰ ਦਾ ਸੂਬੇ ਦੇ ਵਿੱਚ ਜਿਹੜਾ ਐਨਾਲਿਸਿਸ ਹੈ ਉਹ ਇਹੀ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੀ ਸਾਂਝੀ ਹਕੂਮਤ ਜੜੀ ਹੈ ਉਹ ਪੰਜਾਬ ਵਿੱਚ ਬਣੇਗੀ ਅਖੀਰਲੇ 10 ਦਿਨਾਂ ਵਿੱਚ ਦੁਆਬੇ ਤੇ ਮਾਝੇ ਔਰ ਮਾਲਵੇ ਦੇ ਅੰਦਰ ਜੋ ਘਟਨਾਕ੍ਰਮ ਹੋਇਆ ਮੈਂ ਉਸ ਡਿਟੇਲਸ ਨਹੀਂ ਜਾਣਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਬਾਲ ਮਿਲਿਆ ਜੀ ਔਰ ਪੂਰੀ ਉਮੀਦ ਹੈ ਦੀ ਹਕੂਮਤ ਬਣੇਗੀ ਅਤੇ ਸ਼ਾਂਤਮਈ ਟਾਂਗ ਨਾਲ ਚੋਣ ਹੋਈ ਹੈ ਮੈਂ ਤਾਂ ਮੋੜ ਵਿਧਾਨ ਸਭਾ ਹਲਕੇ ਦਾ ਉਦਾਹਰਣ ਮੇਰੀ ਜ਼ਿੰਦਗੀ ਵਿੱਚ ਮੈਂ ਜਿੰਨੀਆਂ ਚੋਣਾ ਲੜੀਆਂ ਐਨਾ ਸ਼ਾਂਤਮਈ ਐਨਾ ਪਿਆਰ ਭਰਿਆ ਵਾਤਾਵਰਨ ਕਿ ਤਿੰਨੋਂ ਚਾਰੋਂ ਪਾਰਟੀਆਂ ਦੇ ਵਰਕਰਸ ਨੇ ਇਕੱਠੇ ਲੰਗਰ ਛਕੇ ਇਕੱਠੀਆਂ ਵੋਟਾਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਔਰ ਇਕੱਠਿਆਂ ਨੇ ਅ ਪ੍ਰਜਾਤੰਤਰ اور ਲੋਕਤੰਤਰ ਨੂੰ ਸਭ ਤੋਂ ਵੱਧ ਵੱਲ ਦਿੱਤਾ ਮੋੜ ਹਲਕੇ ਦੇ ਅੰਦਰ ਸਾਬਕਾ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਹੁਸ਼ਿਆਰਪੁਰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਸੀ ਅਤੇ ਇਸੇ ਮੁਤਾਬਿਕ ਉਹ ਵੀਰਵਾਰ ਸਵੇਰੇ ਹੁਸ਼ਿਆਰਪੁਰ ਅਦਾਲਤ ਦੇ ਵਿੱਚ ਪੇਸ਼ ਹੋਏ ਅਤੇ ਵਕੀਲਾਂ ਦੇ ਵੱਲੋਂ ਜ਼ਮਾਨਤ ਅਰਜੀ ਤੇ ਬਹਿਸ ਕਰਨ ਉਪਰੰਤ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਬਾਦਲ ਦੇ ਵਕੀਲ ਗੁਰਤੇਜ ਪੂਰੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਬਲਵੰਤ ਸਿੰਘ ਖੇੜਾ ਨਾਮ ਦੇ ਇੱਕ ਵਿਅਕਤੀ ਨੇ ਅਕਾਲੀ ਦਲ ਦਾ ਦੋਰਾ ਸੰਵਿਧਾਨ ਹੋਣ ਦਾ ਦੋਸ਼ ਲਗਾਇਆ ਸੀ ਅਤੇ ਬਤੌਰ ਪ੍ਰਕਾਸ਼ ਸਿੰਘ ਬਾਦਲ ਦੇ ਹੋਰ ਆਦੇਦਾਰਾ ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਧਿਰ ਬਣਾਇਆ ਗਿਆ ਸੀ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਹਿਲਾ ਜ਼ਮਾਨਾ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਜ਼ਮਾਨੇ ਤਰਜੀਹ ਦਾਖਲ ਕੀਤੀ ਸੀ ਜਿਸ ਤੇ ਅਦਾਲਤ ਤੇ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਸੀ ਪੇਸ਼ ਹੋਣ ਤੇ ਬਾਅਦ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਦੇ ਵਿੱਚ ਦੋਸ਼ ਝੂਠੇ ਨੇ ਅਤੇ ਅਦਾਲਤ ਤੇ ਭਰੋਸਾ ਹੈ ਕਿ ਇਹ ਕੇਸ ਖਰਜ ਹੋਵੇਗਾ ਦੂਜੇ ਪਾਸੇ ਖੇੜਾ ਦੇ ਵਕੀਲ ਹਰਕਮਲ ਜੋਤ ਸਿੰਘ ਨੇ ਕਿਹਾ ਹੈ ਕਿ ਕੇਸ ਬਿਲਕੁਲ ਸਹੀ ਹੈ ਤੇ ਇਸ ਮਾਮਲੇ ਵਿਚ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ ਅਤੇ ਹਾਈ ਕੋਰਟ ਨੇ ਹੀਟਲੀ ਅਦਾਲਤ ਵੱਲੋਂ ਬਾਦਲਾਂ ਨੂੰ ਜ਼ਾਰੇ ਸੰਬੰਧ ਵਿੱਚ ਪਟੀਸ਼ਨ ਰੱਦ ਕਰ ਦਿੱਤੀ ਸੀ ਜਿਸ ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਟੀਮਾ ਹਸ਼ਾਰਪੁਰ ਦਾਲ ਦੇ ਵਿੱਚ ਪੇਸ਼ ਹੋਏ ਅਤੇ ਪ੍ਰਕਾਸ਼ ਸਿੰਘ ਬਾਦਲ ਪੇਸ਼ ਹੋਏ ਜਿਸ ਤੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਹਾਂਜੀ ਭਾਲ ਸਾਹਿਬ ਨੂੰ ਅੱਜ ਪੇਸ਼ ਕੀਤਾ ਗਿਆ ਜੀ ਅਦਾਲਤ ਵਿੱਚ ਤੇ ਕੱਲ ਦੀ ਤਰੀਕ ਹੈਗੀ ਆ ਕੱਲ ਸੈਜਨ ਜੀ ਸਾਹਿਬ ਨੇ ਉਹਨਾਂ ਨੂੰ ਐਂਟੀਸੀਪੇਟਿਵ ਈਲ ਦਿੱਤੀ ਸੀਗੀ ਤੇ ਅੱਜ ਅਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕਰ ਦਿੱਤਾ ਹੈਗਾ ਜੀ ਅੱਛਾ ਜੀ ਹਾਂਜੀ ਜਿਹੜੀ ਕੀ ਪ੍ਰਕਿਰਿਆ ਸੀ ਅੱਜ ਜਿਹੜੀ ਪ੍ਰਕਿਰਿਆ ਸੀ ਅੱਜ ਉਹਨਾਂ ਦੀ ਅਪੀਅਰੈਂਸ ਲਈ ਜਿਹੜੀ ਸੀਗੀ ਉਹ ਤਰੀਕ ਸੀਗੀ ਤੇ ਅੱਜ ਪਰ ਡਾਇਰੈਕਸ਼ਨਜ਼ ਆਫ ਕੋਰਟ ਅਸੀਂ ਉਹਨਾਂ ਨੂੰ ਕੋਰਟ ਵਿੱਚ ਅੱਜ ਪੇਸ਼ ਕਰ ਦਿੱਤਾ ਹੈਗਾ ਜੀ ਇਸ ਤੋਂ ਪਹਿਲਾਂ ਸਰਦਾਰਸਕ ਵੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਟੀਮਾ ਇਸ ਅਦਾਲਤ 'ਚ ਇਸ ਕੇਸ 'ਚ ਪੇਸ਼ ਹੁੰਦੇ ਆ ਜੀ ਇਹ ਜਿਹੜਾ ਕੇਸ ਹੈਗਾ ਜੀ ਇਹ ਦੋਰੇ ਸਬਦਾਨ ਦਾ ਹੈਗਾ ਆ ਤੇ ਬਿਲਕੁਲ ਝੂਠਾ ਕੇਸ ਹੈਗਾ ਆ ਤੇ ਇਹ ਮੋਰ ਪ੍ਰੋਬੇਬਲੀ ਜਿਹੜਾ ਖਾਰਜ ਹੀ ਹੋਊਗਾ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਤੇ ਡਾਕਟਰ ਦਲਜੀਤ ਚੀਮਾ ਨੇ ਆਪਣੀ ਬੇਲਸ ਕਰਵਾਈਆਂ ਇਸ ਕੇਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਸਮਨਿੰਗ ਹੋਈ ਫਿਰ ਉਹ ਹਾਈ ਕੋਰਟ ਗਏ ਅਗੇਂਸਟ ਦੀ ਸਮਨਿੰਗ ਆਰਡਰ ਸਮਨਿੰਗ ਆਰਡਰ ਨੂੰ ਉਹਨਾਂ ਨੇ ਚੈਲੰਜ ਕੀਤਾ ਪਰ ਉਹਨਾਂ ਦੀ ਉੱਥੇ ਪਟੀਸ਼ਨ ਮਨਜ਼ੂਰ ਨਹੀਂ ਹੋਈ ਉਹ ਪਟੀਸ਼ਨ ਉਹਨਾਂ ਦੀ ਖਾਰਜ ਹੋ ਗਈ ਜਿਸ ਦੇ ਵਜ੍ਹਾ ਦੇ ਵਿੱਚ ਉਹ ਇਸ ਕੋਰਟ ਦੇ ਵਿੱਚ ਹੁਣ ਪੇਸ਼ ਹੋਣ ਦੇ پابੰਦ ਹੋ ਗਏ ਜੀ ਮਹਾਲੀਕੋਟ ਨੇ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਤੇ ਤੰਜ ਕੱਸਨੇ ਸ਼ੁਰੂ ਕਰ ਦਿੱਤੇ ਗਏ ਨੇ ਵਿਧਾਨ ਸਭਾ ਹਲਕਾ ਅਮ੍ਰਿਤਸਰ ਪੂਰਬੀ ਤੋਂ ਵਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰੀ ਜੀਵਨਜੋਤ ਕੌਰ ਨੇ ਵਿਕਰਮ ਸਿੰਘ ਮਜੀਠੀਆ ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਨੇ ਜੀਵਨਜੋਤ ਕੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਮਜੀਠੀਆ ਨੂੰ ਹੁਣ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆਏ ਇਹ ਬਹੁਤ ਧੀਰ ਪਹਿਲਾਂ ਲੈ ਲੈਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਖਾਂ ਹੀ ਮਾਵਾ ਦੇ ਪੁੱਤ ਵਿਕਰਮ ਸਿੰਘ ਮਜੀਠੀਆ ਦਿਵਸਾ ਦੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਆਪਣਾ ਖੁਦ ਦਾ ਭਵਿੱਖ ਨਹੀਂ ਸੀ ਪਤਾ ਲੇਕਿਨ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਦੇ ਵਿੱਚ ਆ ਕੇ ਲੋਕਾਂ ਨੂੰ ਵੱਡੇ ਵੱਡੇ ਵਾਦੀ ਕਰਤਾ ਸੀ ਦੇਖੋ ਅਸੀਂ ਤੇ ਕਹਾਂਗੇ ਕਿ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਸਾਡੀਆਂ ਸਮੇਂ ਦੀਆਂ ਸਰਕਾਰਾਂ ਔਰ ਪੰਜਾਬ ਪੁਲਿਸ ਨੂੰ ਇਹ ਫੈਸਲਾ ਬਹੁਤ ਪਹਿਲੇ ਲੈ ਲੈਣਾ ਚਾਹੀਦਾ ਸੀਗਾ ਅਦਾਲਤ ਨੇ ਅੱਜ ਲਿਆ ਅਸੀਂ ਅਦਾਲਤ ਦਾ ਧੰਨਵਾਦੀ ਕਰਾਂਗੇ ਇਹਦੇ ਵਿੱਚ ਕਿਉਂਕਿ ਲੱਖਾਂ ਪੈਣਾ ਦੇ ਵੀਰ ਲੱਖਾਂ ਬੱਚਿਆਂ ਦੇ ਬਾਪ ਲੱਖਾਂ ਮਾਵਾਂ ਦੇ ਪੁੱਤ ਜਿਹੜੇ ਸੀ ਉਹ ਨਸ਼ੇ ਦੀ ਭੇਡ ਚੜ ਗਏ ਤੇ ਆਖਰਕਾਰ ਕੋਈ ਤਾਂ ਜ਼ਿੰਮੇਵਾਰ ਹੈ ਇਹਦੇ ਲਈ ਔਰ ਅਸੀਂ ਜਦੋਂ ਆ ਕੈਂਪੇਨਿੰਗ ਚੱਲਦੀ ਸੀ ਇਹਦੇ ਦੌਰਾਨ ਵੀ ਅਸੀਂ ਲੋਕਾਂ ਨੂੰ ਇਹ ਦੱਸ ਹੀ ਰਹੇ ਸੀਗੇ ਕਿ ਵੀ ਜੇ ਇਸ ਇਨਸਾਨ ਨੂੰ ਆਪਣਾ ਹੀ ਭਵਿੱਖ ਨਹੀਂ ਪਤਾ ਹੈ ਉਹ ਬੱਚਿਆਂ ਦਾ ਉਹ ਪੰਜਾਬ ਦਾ ਇਹ ਪੰਜਾਬ ਦੇ عوام ਦਾ ਜਾਂ ਹਲਕਾ ਪੂਰਬੀ ਦੇ ਲੋਕਾਂ ਦਾ ਭਵਿੱਖ ਦਾ ਫੈਸਲਾ ਕੀ ਕਰੇਗਾ ਨੇੜਲੇ ਪਿੰਡ ਟੰਡਾ ਵਿਖੇ 8ਵਾਂ ਕਬੱਡੀ ਟੂਰਨਾਮੈਂਟ ਗram ਪੰਚਾਇਤ ਸਮੂਹ ਐਨ ਆਰ ਆਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਟੰਡਾ ਦੀ ਦੇਗ ਰੇਖ ਤੇ ਹੇਠ ਕਰਵਾਇਆ ਗਿਆ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਟੰਡਾ ਮਨਜੀਤ ਸਿੰਘ ਟੰਡਾ ਗਿੰਦਾ ਟੰਡਾ ਤਿੰਦਾ ਟੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਵਾਰ ਦਾ ਮੇਲਾ ਦੀਪ ਚਦਨ ਨੂੰ ਸਮਰਪਿਤ ਕੀਤਾ ਗਿਆ ਹੈ ਕੱਪ ਦੌਰਾਨ ਮੌਨ ਰੱਖ ਕੇ ਦੀਪ ਚਦਨੂ ਨੂੰ ਸਮੂਹ ਦਰਸ਼ਕਾਂ ਦੇ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ ਇਸ ਕਬੱਡੀ ਕੱਪ ਦੇ ਵਿੱਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ 8 ਟੀਮਾਂ ਦੇ ਪੇੜ ਹੋਏ ਜਿਸ ਦੇ ਵਿੱਚ ਫਾਈਨਲ ਦਾ ਮੁਕਾਬਲਾ ਦੁਆਬਾ ਵਾਰੀਅਰਜ਼ ਸੁਰਖਪੁਰ ਅਤੇ ਸਰਹਾਲਾ ਰਣੂਆ ਦੀ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਦੇ ਵਿੱਚ ਦੁਆਬਾ ਵਾਰੀਅਰਜ਼ ਸੁਰਖਪੁਰ ਦੀ ਟੀਮ ਜੇਤੂ ਰਹੀ ਹੈ ਜਿਸ ਨੂੰ 2.5 ਲੱਖ ਰੁਪਏ ਨਗਦ ਇਨਾਮ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 1.75 ਲੱਖ ਰੁਪਏ ਇਨਾਮ ਦਿੱਤਾ ਗਿਆ ਹੈ ਬੈਸਟ ਜਾਫੀ ਅਤੇ ਧਾਵੀ ਨੂੰ 1-1 ਲੱਖ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਟੂਰਨਾਮੈਂਟ ਦਾ ਉਦਘਾਟਨ ਅਤੇ ਨਮਦੀ ਵੰਡ ਐਸਐਸਪੀ ਗੁਲਵੰਤ ਸਿੰਘ ਹੀਰ ਦੇ ਵੱਲੋਂ ਕੀਤੀ ਗਈ। ਐ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਟੰਡਿਆਂ ਦਾ ਜਿਹੜਾ ਅੱਜ ਟੂਰਨਾਮੈਂਟ ਹੋਇਆ ਆ ਟੰਡਿਆਂ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ। ਭਾਜੀ ਸਾਡੇ ਸਰਦਾਰ ਰਣਜੀਤ ਸਿੰਘ ਟੰਡਾ, ਮਨਜੀਤ ਸਿੰਘ ਟੰਡਾ, ਬਿੰਦਾ ਟੰਡਾ, ਅਵਤਾਰ ਟੰਡਾ ਭਾਜੀ ਜਿਨ੍ਹਾਂ ਵੀ ਮੇਰੇ ਇਸ ਪਿੰਡ ਦੇ ਟੂਰਨਾਮੈਂਟ ਕਮੇਟੀ ਦੇ ਮੈਂਬਰ ਆ ਉਹ ਚਾਹੇ ਬਾਹਰ ਦੇਸ਼ਾਂ 'ਚ ਬੈਠੇ ਆ ਚਾਹੇ ਪਿੰਡ 'ਚ ਬੈਠੇ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦੇ ਕੇ ਇਹ ਬਹੁਤ ਵੱਡਾ ਟੂਰਨਾਮੈਂਟ ਕਰਵਾਇਆ। ਔਰ ਇਹਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਇੱਕ ਉਤਸ਼ਾਹ ਮਿਲਦਾ ਆ ਜਦੋਂ ਖੇਡਾਂ ਹੁੰਦੀਆਂ ਪਿੰਡ ਦੇ ਵਿੱਚ ਉਹਨਾਂ ਚ ਇੱਕ ਜੋਸ਼ ਜਵਾਨੀ ਉਹਨਾਂ ਵਿੱਚ ਇੱਕ ਤਰੰਗ ਫੁੱਟਦੀ ਆ ਕਿ ਅਸੀਂ ਵੀ ਇਦਾਂ ਦੇ ਬਣੀਆਂ ਸੋ ਮੈਂ ਢੰਡਾ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਆ ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰੂਸ ਦੇ ਵੱਲੋਂ ਯੂਕਰੇਨ ਤੇ ਹਮਲੇ ਦਰਮਿਆਨ ਵੱਧਦੇ ਤਣਾ ਨੂੰ ਲੈ ਕੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਇਸ ਸੰਬੰਧ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸੁਮਕਰ ਨੂੰ ਬੇਨਤੀ ਹੈ ਕਿ ਯੂਕਰੇਨ ਦੀ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਘਾਦਿਆਂ ਤੋਂ ਵਿਦਿਆਰਥੀ ਗੁਰਪ੍ਰਤਾਪ ਐਮ ਬੀਬੀਐਸ ਦੀ ਪੜ੍ਹਾਈ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਖਾਰਕਿਵ ਦੇ ਵਿੱਚ ਰੂਸ ਨੇ ਵੱਡੇ ਹਵਾਈ ਹਮਲੇ ਕੀਤੇ ਨੇ ਬਾਜਵਾ ਨੇ ਵਿਦੇਸ਼ ਮੰਤਰੀ ਨੂੰ ਕਿਹਾ ਹੈ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸ विद्यार्थी मैं रिक्वेस्ट करूंगा जी, इंडिया से, मेरे अपने का, गुरु जो एम बी बी एस कर रहा है कारकेव मेडिकल यूनिवर्सिटी यूक्रेन से उनके पेरेंट्स भी मेरे पास हैं और आज ही बच्चे से घंटे पहले मैं बात की और बहुत वो घबराया हुआ, हुआ है डरे हुए हैं क्योंकि बहुत हैवी आर्टिलरी फायर हुआ है यूनिवर्सिटी के करीब वहां यूक्रेन में कार्किव के पास और मुझे फॉरन मिनिस्टर से ये गुजारिश करनी है कि दो लैंड रूट्स निकलते हैं जो यूक्रेन से बाकी जैसे पोलैंड है रोमानिया है तो मेरी रिक्वेस्ट है कि बच्चों को एयरपोर्ट तो उन्होंने रशियंस ने आज कीव का जो है वो सारा तबाह कर दिया है तो मेरी बेनती है फॉरन मिनिस्टर से कि सभी इंडियन स्टूडेंट्स जो तो तकरीबन 18,000 हजार हमारा इंडियन स्टूडेंट है उनको लैंड रूट से जल्दी से जल्दी इवैक्यूएट किया जाए यह मेरी गुजारिश फॉर्मिस्ट जयशंकर जी और प्रधानमंत्री से है मेहरबानी ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਜਿੱਥੇ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਪਈ ਅਤਿ ਦੀ ਗਰਮੀ ਨੇ ਪਿਛਲੇ 84 ਸਾਲਾਂ ਦਾ ਰਿਕਾਰਡ ਮਾਤ ਪਾ ਦਿੱਤਾ ਸੀ ਉੱਥੇ ਹੀ ਹੁਣ ਠੰਡ ਵੀ ਨਵੇਂ ਰਿਕਾਰਡ ਬਣਾ ਰਹੀ ਹੈ ਬੀਤੇ ਬੁੱਧਵਾਰ ਨੂੰ ਪਈ ਠੰਡ ਨੇ ਪਿਛਲੇ ਬਹੁਤ ਸਾਰੇ ਰਿਕਾਰਡ ਨੂੰ ਮਾਤ ਪਾਈ ਸੋ এনवायरमेंट ਕੈਨੇਡਾ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਬੁੱਧਵਾਰ ਨੂੰ ਡੰਕਨ ਦੇ ਇਲਾਕੇ ਦੇ ਵਿੱਚ ਪਈ ਠੰਡ ਨੇ ਇੱਕ ਸਦੀ ਤੋਂ ਵੀ ਪੁਰਾਣਾ ਰਿਕਾਰਡ ਤੋੜ ਦਿੱਤਾ ਇਸ ਇਲਾਕੇ ਦੇ ਵਿੱਚ ਬੁੱਧਵਾਰ ਨੂੰ 7.7 ਡਿਗਰੀ ਤਾਪਮਾਨ ਨੋਟ ਕੀਤਾ ਗਿਆ ਜਿਸ ਦੇ ਨਾਲ 1917 ਦਾ -5.2 ਡਿਗਰੀ ਦਾ ਰਿਕਾਰਡ ਟੁੱਟ ਗਿਆ ਏ ਇਸੇ ਤਰ੍ਹਾਂ ਪੋਰਟ ਅਲਬਰਨੀ ਦੇ ਇਲਾਕੇ ਦੇ ਵਿੱਚ ਵੀ ਠੰਡ ਨੇ ਨਵਾਂ ਰਿਕਾਰਡ ਕਾਇਮ ਕੀਤਾ ਏ ਉੱਥੇ -9.5 ਡਿਗਰੀ ਦੇ ਤਾਪਮਾਨ ਨੇ 1982 ਦਾ ਰਿਕਾਰਡ ਤੋੜ ਦਿੱਤਾ ਏ ਕੈਂਬਲ ਰਿਵਰ ਦੇ ਇਲਾਕੇ ਦੇ ਵਿੱਚ ਵੀ ਬੁੱਧਵਾਰ ਨੂੰ -9.5 ਡਿਗਰੀ ਤਾਪਮਾਨ ਰਿਹਾ ਏ ਤੇ ਇਸ ਨੇ 1982 ਦਾ ਰਿਕਾਰਡ ਤੋੜਿਆ ਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਤਰੀ ਅਟਲਾਂਟਿਕ ਦੇ ਸੰਧੀ ਸੰਗਠਨ ਦੇਸ਼ਾਂ ਦਾ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਅਮਰੀਕਾ ਦਖਲ ਦੇਵੇਗਾ ਬਾਈਡਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸਤੇ ਰੂਸੀ ਹਮਰੁੱਧਵਾ ਨੂੰ ਹੁਣ ਨਹੀਂ ਰੋਕਿਆ ਗਿਆ ਤਾਂ ਉਸ ਦਾ ਹੌਂਸਲਾ ਹੋਰ ਜ਼ਿਆਦਾ ਵੱਧਾ ਜਾਏਗਾ ਬਾਈਡਨ ਨੇ ਕਿਹਾ ਕਿ ਉਹ ਨਦੀ ਪੁਤਿਨ ਦੇ ਨਾਲ ਗੱਲ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਉਹਨਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਯੂਕਰੇਨ ਦੇ ਲੋਕਾਂ ਦੇ ਦੁੱਖਾਂ ਨੂੰ ਘਟਕਣ ਦੇ ਲਈ ਅਮਰੀਕਾ ਮਾਨਵਤਾਵਾਦੀ ਰਾਹਤ ਪ੍ਰਦਾਨ ਕਰੇਗਾ ਬਾਈਡਨ ਨੇ ਵੀਰਵਾਰ ਨੂੰ ਵਾਈਟ ਹਾਊਸ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਕਿਹਾ ਕਿ ਜੇਕਰ ਪੁਤਿਨ NATO ਦੇਸ਼ਾਂ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਅਸੀਂ ਦਖਲ ਦੇਵਾਂਗੇ ਮੈਨੂੰ ਸਿਰਫ ਇੱਕ ਗੱਲ ਦਾ ਯਕੀਨ ਹੈ ਕਿ ਜੇਕਰ ਅਸੀਂ ਹੁਣ ਉਹਨਾਂ ਨੂੰ ਨਾ ਕੀਆ ਅਤੇ ਉਹਨਾਂ ਦੇ ਖਿਲਾਫ ਸਖਤ ਪਾਬੰਦੀਆਂ ਨਾ ਲਿਆਂ ਤਾਂ ਉਹਨਾਂ ਦਾ ਹੌਂਸਲਾ ਵਧਦਾ ਜਾਏਗਾ ਯੂਕਰੇਨ ਸੰਕਟ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਕਈ ਹਫ਼ਤਿਆਂ ਤੋਂ ਅਸੀਂ ਜੋ ਚੇਤਾਵਨੀ ਦੇ ਰਹੀ ਸੀ ਉਹ ਹੋ ਗਿਆ ਹੈ ਬਾਈਡਨ ਨੇ ਕਿਹਾ ਹੈ ਕਿ ਬਿਨਾਂ ਸਬੂਤਾਂ ਦੇ ਯੂਕਰੇਨ ਤੇ ਬੇਬੁਨਿਆਦੀ ਦੋਸ਼ ਲਗਾਏ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਰੂਸ ਨੂੰ ਇਸ ਦਾ ਇਨਜਾਮ ਭੁਗਤਣਾ ਜ਼ਰੂਰ ਪਏਗਾ ਦੁਨੀਆ ਦੇ ਜ਼ਿਆਦਾਤਰ ਦੇਸ਼ ਰੂਸ ਵਿਰੋਧ ਨੇ ਉਹਨਾਂ ਨੇ ਕਿਹਾ ਹੈ ਕਿ ਰੂਸ ਸੱਚਾਈ ਲੁਕੋਣ ਦੇ ਲਈ ਪ੍ਰੋਪਾਗੈਂਡਾ ਕਰ ਰਿਹਾ ਹੈ ਬਾਈਡਨ ਨੇ ਵੀ ਕਿਹਾ ਹੈ ਕਿ ਅਸੀਂ ਰੂਸ ਦੇ ਕਾਰੋਬਾਰ ਕਰਨ ਦੀ ਸਮਰੱਥਾ ਨੂੰ ਰੋਕ ਦੇਵਾਂਗੇ ਉਹਨਾਂ ਨੇ ਇਹ ਦੱਸਿਆ ਹੈ ਕਿ ਰੂਸ ਦੇ ਦੇ ਤੋ ਜ਼ਿਆਦਾ ਦੇ ਆਯਾਤ ਨੂੰ ਕੱਟ ਕਰ ਦੇਣਗੇ ਰੂਸ ਅਮਰੀਕਾ ਅਤੇ ਈਯੂ ਦੇ ਨਾਲ ਉਹ ਪਾਰਨ ਨਹੀਂ ਕਰ ਸਕੇਗਾ ਤੇ ਅੱਜ ਅਸੀਂ ਰੂਸ ਦੇ ਚਾਰ ਹੋਰ ਬੈਂਕਾਂ ਤੇ ਪਾਬੰਦੀ ਲਗਾ ਰਹੇ ਹਾਂ ਬਾਈਡਨ ਨੇ ਕਿਹਾ ਹੈ ਕਿ ਜੀ7 ਦੇਸ਼ ਮਿਲ ਕੇ ਰੂਸ ਨੂੰ ਜਵਾਬਦੇਹਨ ਕਿ ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਫੌਜ ਇਸ ਜੰਗ ਤੇ ਵਿੱਚ ਹਿੱਸਾ ਨਹੀਂ ਲਏਗੀ ਅਮਰੀਕਾ ਨੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਮਾਸਕੋ ਤੋਂ ਅਮਰੀਕਾ ਦੇ ਦੂਜੇ ਨੰਬਰ ਤੇ ਡਿਪਲੋਮੈਟ ਨੂੰ ਕੱਢਣ ਦੇ ਜਵਾਬ ਦੇ ਵਿੱਚ ਵਾਸ਼ਿੰਗਟਨ ਤੋਂ ਰੂਸ ਦੇ ਦੂਜੇ ਦਰਜੇ ਦੇ ਡਿਪਲੋਮੈਟ ਨੂੰ ਕਾੜ ਦਿੱਤਾ ਹੈ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਇਸ ਦਾ ਰੂਸ ਯੂਕਰੇਨ ਸੰਕਟ ਦੇ ਨਾਲ ਸੰਬੰਧ ਨਹੀਂ ਹੈ ਅਤੇ ਇਹ ਦੂਤਕਾਰ ਕਰਮਚਾਰੀਆਂ ਨੂੰ ਲੈ ਕੇ ਅਮਰੀਕਾ ਤੇ ਰੂਸ ਦਰਮਿਆਨ ਲੰਬੇ ਸਮੇਂ ਤੋਂ ਜਾਰੀ ਵਿਵਾਦ ਦਾ ਹਿੱਸਾ ਹੈ ਹਾਲਾਂਕਿ ਇਹ ਕਦਮ ਅਚੇਹ ਸਮੇਂ ਵਿੱਚ ਚੁੱਕਿਆ ਗਿਆ ਹੈ ਜਦੋਂ ਯੂਕਰੇਨ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਦਰਮਿਆਨ ਵਿਵਾਦ ਵਧ ਗਿਆ ਹੈ ਅਧਿਕਾਰੀ ਨੇ ਦੱਸਿਆ ਹੈ ਕਿ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਰੂਸੀ ਦੂਤਕਾਰ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਕਾਉਂਸਲਰ ਸਰਗੇਈ ਟ੍ਰੋਪਕੇਲਕੋਵ ਨੂੰ ਕਾਡਰੋਏ ਨੇ ਜੋ ਇਸ ਸਮੇਂ ਰਾਜਦੂਤ ਨਾਤੋਲੀ ਦੇ ਅਧੀਨ ਦੂਤਕਾਰ ਦੇ ਨੰਬਰ 2 ਤੇ ਹੈ ਫ੍ਰਾਂਸ ਦੇ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫ੍ਰਾਂਸ ਯੂਕਰੇਨ ਨੂੰ ਫੌਜੀ ਉਪਕਰਨ ਅਤੇ 33 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਇੱਕ ਵਿਸ਼ੇਸ਼ ਯੂਰਪੀਅਨ ਸਿਰਕ ਸੰਮੇਲਨ ਦੇ ਵਿੱਚ ਮੈਕਰੋਂ ਨੇ ਕਿਹਾ ਕਿ ਫ੍ਰਾਂਸ ਇੱਕ ਵਾਦੂ ਯਤਨ ਵਜੋਂ ਯੂਕਰੇਨ ਦੇ ਨਾਗਰਿਕਾਂ ਦੇ ਲਈ 33 ਕਰੋੜ ਡਾਲਰ ਅਤੇ ਫੌਜੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਤਿਆਰ ਹੈ ਫ੍ਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੇਰੀ ਸੰਖੇਪ ਗੱਲਬਾਤ ਹੋਈ ਸੀ ਅਮਰੀਕਾ ਦੇ ਰਾਸ਼ਟਰਪਤੀ ਜੋਬ ਬਾਈਡਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਤੇ ਬਿਨਾ ਪੜਕਾ ਹਟਦੇ ਹਮਲਾ ਕਰਨ ਦੇ ਰੋਜ਼ ਦੇ ਇਰਾਦੇ ਦੀ ਨਿੰਦਾ ਕੀਤੀ ਹੈ ਇਸ ਅਨੁਸਾਰ ਦੀਆਂ ਖਾਸ ਖਬਰਾਂ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ US TV ਨੂੰ ਕਰੋ ਸਬਸਕ੍ਰਾਈਬ ਧੰਨਵਾਦ